ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਸੰਗ ਜੀ, ਉਹ ਅੱਜ ਅਸੀਂ ਜਾ ਰਹੇ ਹਾਂ ਜੀ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਨਗਰੀ ਵਿੱਚ ਦਰਬਾਰ ਸਾਹਿਬ ਜੀ, ਸ੍ਰੀ ਹਰਿਮੰਦਰ ਸਾਹਿਬ। ਅੱਜ ਸੋਦਰ ਦੀ ਹਾਜ਼ਰੀ ਹੈ, ਤੁਸੀਂ ਸੰਗਤਾਂ ਨੇ ਅਸੀਸਾਂ ਬਖਸ਼ਿਸ਼ ਕਰਨੀਆਂ ਤਾਂ ਜੋ ਧੰਨ ਗੁਰੂ ਰਾਮਦਾਸ ਜੀ ਕਿਰਪਾ ਕਰਕੇ ਆਪਣੀ ਗੋਦ ਦੇ ਵਿੱਚ ਬਿਠਾ ਕੇ ਕੀਰਤਨ ਦੀ ਹਾਜ਼ਰੀ ਭਰਵਾ ਲੈਣ ਜੀ। ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰ ਦੀਆਂ ਗਲੀਆਂ ਵਿੱਚ ਪਹੁੰਚ ਗਏ ਹਾਂ ਜੀ। ਇਹ ਬਾਜ਼ਾਰ ਹੈ ਜੀ ਅੰਮ੍ਰਿਤਸਰ ਦਾ। ਧੰਨਵਾਦ। ਜਿੱਥੇ ਤੂੰ ਸਮਰਥ ਜਿੱਥੇ ਕੋਈ ਨਹੀਂ ਉੱਥੇ ਤੇਰੀ ਰੱਖ ਅਗਨੀ ਉਦਰ ਮਾਹੇ ਜਮ ਕੇ ਦੂਤ ਨਾ ਤੇਰੇ ਛੱਡ ਜਾਹੇ ਸੁਣ ਕੇ ਜਮ ਕੇ ਦੂਤ ਨਾ ਤੇਰੇ ਛੱਡ ਜਾਹੇ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਬੜੀ ਬੇਅੰਤ ਕਿਰਪਾ ਕਰਕੇ ਅੱਜ ਸੋਦਰ ਦੀ ਕੀਰਤਨ ਦੀ ਹਾਜ਼ਰੀ ਲਈ ਹੈ। ਅਸੀਂ ਆਪਣੇ ਨੂੰ ਬੜੇ ਵੱਡੇ ਭਾਗਾਂ ਵਾਲੇ ਸਮਝਦੇ ਹਾਂ, ਜਿਹੜੇ ਇਤਨੇ ਮਹਾਨ ਅਸਥਾਨ 'ਤੇ ਸੱਚਖੰਡ ਵਿਖੇ ਸਾਨੂੰ ਹਾਜ਼ਰੀ ਭਰਨ ਦਾ ਮੌਕਾ ਮਿਲਿਆ ਹੈ। ਇਹ ਸਾਰੀ ਕਿਰਪਾ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਹੈ ਜੀ। ਸਤਿਗੁਰ ਨੇ ਬੜੀ ਬੇਅੰਤ ਕਿਰਪਾ ਕਰਕੇ ਅਸੀਂ ਸੇਵਾ ਲਈ ਹੈ। ਸ਼ੁਕਰ ਹੈ ਮਾਲਕ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਹੈ ਜੀ ਦੁੱਖ ਭੰਜਨੀ ਬੇਰੀ ਸਾਹਿਬ, ਜਿੱਥੇ ਗੁਰੂ ਸਾਹਿਬ ਜੀ ਨੇ ਇਹ ਸ਼ਬਦ ਉਚਾਰਿਆ ਸੀ, ਦੁੱਖ ਭੰਜਨ ਤੇਰਾ ਨਾਮ ਜੀ, ਦੁੱਖ ਭੰਜਨ ਤੇਰਾ ਨਾਮ। ਅਮਨਜੋਤ ਜੀ, ਹਰਲੀ ਹਾਜ਼ਰੀ। ਧੰਨ ਗੁਰੂ ਰਾਮਦਾਸ ਮਹਾਰਾਜ ਦਾ ਬਹੁਤ ਸ਼ੁਕਰਾਨਾ ਜੀ, ਇਹਨਾਂ ਨੇ ਹੱਥ ਦੇ ਕੇ ਹਾਜ਼ਰੀ ਲਈ। ਭਾਜੀ ਇਹ ਬੰਦਾ ਬਹੁਤ ਸ਼ੌਂਕੀ ਲੱਗਦਾ ਮੈਨੂੰ, ਜਿਹੜਾ ਕਿ ਟਰਾਲੀ ਨੂੰ ਅਲੋਏ ਵੀਲ ਪਾਈ ਫਿਰਦਾ। ਕਮਾਲ ਹੈ ਯਾਰ ਬੰਦਾ। ਇਹ ਸਾਡੇ ਬੜੇ ਪਿਆਰ ਵਾਲੇ ਗੁਰਮੀਤ ਭਾਜੀ,
ਜਿਨ੍ਹਾਂ ਨੂੰ ਹਰ ਵਾਰੀ ਅਸੀਂ ਨਾ ਸੇਵਾ ਲਗਾਈ ਦੀ ਹੈ ਜਲੇਬੀਆਂ ਦੀ, ਅਤੇ ਸਾਡੇ ਹੁਣ ਗੁਰਮੀਤ ਭਾਅ ਜੀ ਅਸੀਂ ਇਹਨਾਂ ਨੂੰ ਜਲੇਬੀਆਂ ਵਾਲੇ ਭਾਅ ਜੀ ਵੀ ਕਹਿਣ ਲੱਗ ਪਏ ਹਾਂ ਭਾਅ ਜੀ। ਹਾਂਜੀ ਇੱਦਾਂ ਨਹੀਂ ਕਹਿਣਾ, ਸਾਡੇ ਪਿਆਰ ਵਾਲੇ ਆ, ਪਿਆਰ ਹੋ ਗਿਆ। ਅੰਮ੍ਰਿਤਸਰ ਦੇ ਵਿੱਚ ਕਿਤੇ ਵੀ ਪ੍ਰੋਗਰਾਮ ਹੋਵੇ ਨਾ, ਅਤੇ ਗੁਰਮੀਤ ਭਾਅ ਜੀ ਪਿਆਰ ਵਾਲੇ ਭਾਅ ਜੀ ਸਾਡੇ ਲਈ ਬਹੁਤ ਪਿਆਰ ਨਾਲ ਗਰਮਾ ਗਰਮ ਜਲੇਬੀਆਂ ਲੈ ਕੇ ਆਉਂਦੇ ਆ, ਬੜੇ ਪਿਆਰ ਨਾਲ ਛੱਕਦੇ ਆ। ਇਹ ਸਾਡੇ ਵੱਡੇ ਭਾਅ ਜੀ ਨੇ, ਅਤੇ ਅੱਜ ਤਾਂ ਸਾਡਾ ਪਿਆਰ ਨਹੀਂ ਹੈ, ਪਿਛਲੇ 8 ਸਾਲ 10 ਸਾਲ ਤੋਂ ਜ਼ਿਆਦਾ ਹੀ ਹੋ ਗਿਆ। ਧੰਨਵਾਦ। ਹਾਂਜੀ ਅਮਨ ਭਾਅ ਜੀ। ਹਾਂਜੀ ਮਹਾਰਾਜ ਜੀ, ਡਿਫਰੈਂਟ ਹੈ। ਕੀ ਬਾਤ ਹੈ ਭਾਅ ਜੀ, ਕੈਨੇਡਾ ਨਾ ਇੱਕ ਬਲੇਜ਼ ਪੀਜ਼ਾ ਖਾਧਾ ਸੀਗਾ। ਅੱਛਾ, ਸਿਰਫ ਮਤਲਬ ਉੱਦਾਂ ਦਾ ਹੀ ਆ, ਲਗਭਗ ਲੱਗ ਜਾ ਕੇ ਉੱਦਾਂ ਦਾ। ਅੱਛਾ, ਆਪਾਂ ਬੈਠੇ ਕਿੱਥੇ ਹਾਂ? ਇਹ ਪੀਜ਼ਾ ਐਕਸਪ੍ਰੈਸ ਆ ਜੀ, ਜਦੋਂ ਆਪਾਂ ਅੰਮ੍ਰਿਤਸਰ ਤੋਂ ਆਈਏ। ਅੱਛਾ, ਅਤੇ ਟੋਲ ਟੈਕਸ ਪਾਰ ਕਰਨੀ, ਇੱਕ ਜੰਕਸ਼ਨ ਜਿਹਾ ਹੈਗਾ ਛੋਟਾ ਜਿਹਾ, ਉੱਥੇ ਪੀਜ਼ਾ ਐਕਸਪ੍ਰੈਸ। ਸਵਾਦ ਲੱਗਾ? ਬਹੁਤ ਅੱਛਾ ਭਾਅ ਜੀ, ਬਹੁਤ ਸਵਾਦ ਭਾਅ ਜੀ, ਕਿਆ ਬਾਤ ਹੈ ਜੀ। ਅਤੇ ਮੈਂ ਪਹਿਲੀ ਬਾਈਟਸ ਲਈ ਹੈ, ਬਹੁਤ ਮਜ਼ਾ ਆਇਆ। ਅੱਛਾ, ਕਿਆ ਬਾਤ, ਨਾਲ ਚਿਪਸ ਵੀ ਬੜੇ ਸਵਾਦ ਨੇ, ਪੈਰੋ ਚਿਪਸ।